ਬਰਗਾੜੀ 'ਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਕੋਟਕਪੁਰਾ 'ਚ ਚਲਾਈਆਂ ਗਈਆਂ ਗੋਲੀਆਂ ਦੇ ਖਿਲਾਫ਼ 7 ਅਕਤੂਬਰ ਨੂੰ ਇੱਕ ਰੋਸ ਮਾਰਚ ਕੱਢਿਆ ਜਾ ਰਿਹਾ ਹੈ ਜਿਸ ਵਿੱਚ ਲੋਕਾਂ ਦਾ ਲਾਭ ਮਿਸਾਲ ਇਕੱਠ ਹੋਵੇਗਾ। ਇਹ ਜਾਣਕਾਰੀ ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਅਤੇ ਪਾਰਟੀ ਦੇ ਸਰਪ੍ਰਸਤ ਬਲਵਿੰਦਰ ਸਿੰਘ ਬੈਂਸ ਨੇ ਸਰਕਟ ਹਾਊਸ ਵਿਖੇ ਮੀਟਿੰਗ ਕਰਕੇ ਦਿੱਤੀ। ਪੁੱਛੇ ਗਏ ਸਵਾਲ ਦੇ ਜਵਾਬ 'ਚ ਬੈਂਸ ਨੇ ਦੱਸਿਆ ਕਿ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਰੋਸ ਮਾਰਚ ਦੀ ਪਰਮਿਸ਼ਨ ਵਾਸਤੇ ਲੋਕਲ ਆਗੂਆਂ ਵੱਲੋਂ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਰਾਬਤਾ ਬਣਾਇਆ ਹੋਇਆ ਹੈ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਦੇ ਸੰਬੰਧ 'ਚ ਅਤੇ ਗੋਲੀ ਕਾਂਡ ਦੇ ਸੰਬੰਧ 'ਚ ਜਿੱਥੇ ਸਿੰਘਾਂ ਦੀ ਸ਼ਹਾਦਤ ਹੋਈ ਉਸਦੇ ਸੰਬੰਧ ਵਿੱਚ ਬਹੁਤ ਵੱਡਾ ਰੋਸ ਮਾਰਚ, ਕਿਉਂਕਿ ਪਿਛਲੀ ਸਰਕਾਰ ਨੇ ਵੀ ਵੱਟੇ ਖਾਤੇ ਪਾਤਾ ਅਤੇ ਹੁਣ ਵਾਲੀ ਸਰਕਾਰ ਵੀ ਜਿਹੜੀ ਆ ਉਹ ਕੋਈ ਕਾਰਵਾਈ ਕਰਨ ਲਈ ਤਿਆਰ ਨਹੀਂ। ਉਹ ਕਾਰਵਾਈ ਕਰਾਉਣ ਲਈ ਇੱਕ ਬਹੁਤ ਵੱਡਾ ਰੋਸ ਮਾਰਚ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਜਦਾ ਕਰਨ ਲਈ ਉਹਨਾਂ ਦੀ ਯਾਦ 'ਚ ਰੋਸ ਮਾਰਚ ਕੀਤਾ ਜਾ ਰਿਹਾ ਤਾਂ ਕਿ ਸਰਕਾਰ ਜਿਹੜੀ ਆ ਕੁੰਭਕਰਨ ਦੀ ਨੀਂਦ ਕੈਪਟਨ ਸਾਹਿਬ ਸੁੱਤੇ ਹੋਏ ਆ। ਇਹਦੇ ਵਿੱਚ ਡਿਊਟੀਆਂ ਲਾਈਆਂ ਗਈਆਂ ਨੇ ਵੀ ਇਹ ਸੰਗਤ ਨੂੰ ਲਿਜਾਣ ਵਾਸਤੇ ਜਿਹੜਾ ਕਿ ਤਕਰੀਬਨ 30 ਕਿਲੋਮੀਟਰ ਲੰਬਾ ਰੋਸ ਮਾਰਚ ਹੈ ਉਹਦੇ ਵਿੱਚ ਕਿਵੇਂ ਕਿਵੇਂ ਅਸੀਂ ਪ੍ਰਬੰਧ ਕਰਨੇ ਆ, ਕਿੱਥੋਂ ਕਿੱਥੋਂ ਕਾਫਲੇ ਤੁਰਨੇ ਆ, ਕਿਵੇਂ ਅਸੀਂ ਸਤਿਕਾਰਯੋਗ ਸਾਰੇ ਲੋਕਾਂ ਨੂੰ ਬੇਨਤੀ ਕਰਨ ਜਾਣੀ। ਇੱਕ ਵਿਸ਼ੇਸ਼ ਉਹਦੇ ਵਿੱਚ ਗੱਲ ਇਹ ਹੈਗੀ ਆ ਕਿ ਇਹਨਾਂ ਦੇ ਕੋਲੇ ਕੋਈ ਹਥਿਆਰ ਨਹੀਂ ਗਾ ਕਾਂਗਰਸ ਤੇ ਅਕਾਲੀ ਦਲ ਦੇ ਕੋਲੇ। ਇਹ ਹੁਣ ਜਿਵੇਂ ਕਬੱਡੀ ਕਬੱਡੀ ਗੇਮ ਹੁੰਦੀ ਹੈ ਨਾ, ਇਹ ਰੈਲੀ ਰੈਲੀ ਗੇਮ ਖੇਡ ਰਹੇ ਆ। ਮੇਰਾ ਇਹਨਾਂ ਨੂੰ ਇੱਕ ਸਵਾਲ, ਇਹਨਾਂ ਦੇ ਲੀਡਰਾਂ ਨੂੰ ਵੀ, ਤੁਹਾਡੀਆਂ ਰੈਲੀਆਂ ਇੱਕ ਪਾਸੇ ਲੰਬੀ ਦੇ ਵਿੱਚ ਹੋ ਰਹੀ ਹੈ ਤੇ ਦੂਜੇ ਪਾਸੇ ਪਟਿਆਲੇ 'ਚ ਹੋ ਰਹੀ ਹੈ, ਤੁਸੀਂ ਆਪਣੀ ਰੈਲੀ ਦਾ ਮਕਸਦ ਮਨੋਰਥ ਦੱਸ ਦਿਓ ਵੀ ਤੁਹਾਡੀ ਰੈਲੀ ਦਾ ਮਕਸਦ ਕੀ ਹੈ। ਇਹ ਮਕਸਦ ਤੇ ਮਨੋਰਥ ਸਿਰਫ ਤੇ ਸਿਰਫ ਇਹ ਹੈਗਾ ਕਿ ਜਿਹੜਾ ਆਪ ਮੁਹਾਰੇ ਪੰਜਾਬੀਆਂ ਦਾ ਇਕੱਠ, ਸਿੱਖਾਂ ਦਾ ਇਕੱਠ ਕੋਟਕਪੁਰਾ ਤੋਂ ਲੈ ਕੇ ਬਰਗਾੜੀ ਤੱਕ 30 ਕਿਲੋਮੀਟਰ ਰੋਸ ਮਾਰਚ ਹੈ, ਉਹਦੇ ਪ੍ਰਭਾਵ ਨੂੰ ਫਿੱਕਾ ਕਰਨ ਵਾਸਤੇ ਇਹ ਆਪਣੀਆਂ ਰੈਲੀਆਂ ਦਾ ਮਨੋਰਥ ਤੇ ਮਕਸਦ ਦੱਸ ਦੇਣ। ਇਹ ਕਹਿੰਦੇ ਕੀ ਆ, ਜਦੋਂ ਇਹਨਾਂ ਕੋਲੇ ਕਿਸੇ ਗੱਲ ਦਾ ਕੋਈ ਹੱਲ ਨਹੀਂ ਹੁੰਦਾ, ਕਿਸੇ ਗੱਲ ਦਾ ਜਵਾਬ ਨਹੀਂ ਹੁੰਦਾ, ਤੇ ਫਿਰ ਇਹ ਦੂਜੇ ਲੋਕਾਂ ਨੂੰ ISI ਦੇ ਏਜੰਟ ਕਹਿਣ ਲੱਗ ਜਾਂਦੇ ਆ। ਲੁਧਿਆਣਾ ਤੋਂ ਗੁਰਮੀਤ ਨਿੱਜਰ ਦੀ ਰਿਪੋਰਟ, ਕੈਮਰਾਮੈਨ ਹਰਜੀਤ ਦੁਗਰੀ ਦੇ ਨਾਲ ਹੌਕਸ.ਪੰਜਾਬੀ, ਯੂਅਰ ਸਿਟੀ, ਯੂਅਰ ਨਿਊਜ਼।